ਹਰ ਹਰ ਸਿਕ ਲਾਇਸੈਂਸੀ ਜਿਹੜੇ ਮਾਡਰਨ ਹਥਿਆਰ ਨਹੀਂ ਲੀਗਲ ਤਰੀਕੇ ਦੇ ਨਾਲ ਉਹ ਵੀ ਜਿਹੜਾ ਹੈ ਉਹ ਰੱਖਣ ਦਾ ਹਰ ਸਿਕ ਯਤਨ ਜ਼ਰੂਰ ਕਰੇ ਕਿਉਂਕਿ ਸਮਾਂ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਆ ਰਿਹਾ ਹਾਲਾਤ ਇਸ ਤਰ੍ਹਾਂ ਦੇ ਜਿਹੜੇ ਬਣ ਰਹੇ ਹੈ ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਤੁਸੀਂ ਦੇਖਿਆ ਗਿਆਨੀ ਹਰਪ੍ਰੀਤ ਸਿੰਘ ਹਰਾਦਾ ਅੱਜ ਜੋ ਬਿਆਨ ਆਇਆ ਹੈਗਾ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਗੁਰਿਆਈ ਦਿਵਸ ਦੇ ਸਬੰਧ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕੌਮ ਨੂੰ ਵਧਾਈ ਦਿੱਤੀ ਹੈ ਜਿੱਥੇ ਉੱਥੇ ਨਾਲ ਦੀ ਨਾਲ ਉਹਨਾਂ ਨੇ ਸਿੱਖ ਨੌਜਵਾਨਾਂ ਨੂੰ ਇੱਕ ਅਪੀਲ ਕੀਤੀ ਹੈ ਕਿ ਤੁਸੀਂ ਵਧੀਆ ਆਧੁਨਿਕ ਲਾਇਸੈਂਸੀ ਹਥਿਆਰ ਆਪਣੇ ਕੋਲ ਰੱਖੋ ਲਾਇਸੈਂਸੀ ਹਥਿਆਰ ਰੱਖਣ ਦੀ ਉਹਨਾਂ ਨੇ ਗੱਲ ਕੀਤੀ ਹੈ ਇਸ ਗੱਲ ਤੋਂ ਬਾਅਦ ਬਹੁਤ ਹੀ ਜ਼ਿਆਦਾ ਚਰਚਾ ਹੋ ਰਹੀ ਹੈ ਵੱਖ-ਵੱਖ ਆਗੂਆਂ ਦੇ ਬਿਆਨ ਆ ਰਹੇ ਨੇ ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਵੀ ਟਵੀਟ ਆਇਆ ਹੈਗਾ ਉਹਨਾਂ ਦਾ ਕੀ ਕਹਿਣਾ ਹੈਗਾ ਉਹ ਵੀ ਆਪਾਂ ਗੱਲਬਾਤ ਕਰਾਂਗੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਉਹ ਵੀ ਆਪਣੀ ਗੱਲਬਾਤ ਰੱਖ ਰਹੇ ਐ ਫੇਸਬੁੱਕ ਯੂਜ਼ਰ ਸੋਸ਼ਲ ਮੀਡੀਆ ਦੇ ਉੱਪਰ ਸਿੱਖ ਨੌਜਵਾਨਾਂ ਦੇ ਵੱਲੋਂ ਵੀ ਵੱਡੀ ਗਿਣਤੀ ਵਿੱਚ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਆਪਾਂ ਥੋੜੀ ਜੀ ਗੱਲਬਾਤ ਕਰਾਂਗੇ ਗੁਰੂ ਸਾਹਿਬ ਜੀ ਦੇ ਸਬੰਧ ਵਿੱਚ ਗੁਰੇ ਤੇ ਹਸਦੇ ਸਬੰਧ ਵਿੱਚ ਗੱਲਬਾਤ ਕਰਾਂਗੇ ਜੋ ਮੌਜੂਦਾ ਹਾਲਾਤ ਨੇ ਉਹਨਾਂ ਦੇ ਸਬੰਧ ਵਿੱਚ ਵੀ ਗੱਲਬਾਤ ਕਰਾਂਗੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜੀ ਇੱਕ ਗੱਲ ਆਖੀ ਆ ਇਹ ਉਸ ਤੋਂ ਇਲਾਵਾ ਇੱਕ ਲਫ਼ਜ਼ ਉਹਨਾਂ ਨੇ ਹੋਰ ਬੋਲਿਆ ਆਪਣੀ ਅੱਜ ਦੀ ਗੱਲਬਾਤ ਦੇ ਵਿੱਚ ਉਹਨਾਂ ਦਾ ਕਹਿਣਾ ਹੈਗਾ ਕਿ ਸਮਾ ਜਿਹੜਾ ਹੈਗਾ ਬਹੁਤ ਮਾੜਾ ਆ ਰਿਹਾ ਹੈ ਸਮਾ ਮਾੜਾ ਆ ਰਿਹਾ ਹੈ ਉਹਦੇ ਬਾਰੇ ਉਹਨਾਂ ਨੂੰ ਵੈਸੇ ਮੈਨੂੰ ਲੱਗਦਾ ਕਿ ਥੋੜੀ ਜਿਹੀ ਹੋਰ ਖੁੱਲ ਕੇ ਗੱਲ ਕਰ ਦੇਣੀ ਚਾਹੀਦੀ ਸੀਗੀ ਉਹਨਾਂ ਨੂੰ ਕਿ ਉਹਨਾਂ ਨੂੰ ਕਿਉਂ ਲੱਗਦਾ ਕਿ ਸਮਾ ਮਾੜਾ ਆ ਰਿਹਾ ਜਾਂ ਕਿ ਇਹਨਾਂ ਗੱਲਾਂ ਤੋਂ ਲੱਗਦਾ ਵੀ ਕਿਦਾਂ ਦਾ ਸਮਾਂ ਆ ਰਿਹਾ ਹੈਗਾ ਉਹ ਵੀ ਗੱਲ ਮੈਨੂੰ ਲੱਗਦਾ ਕਿ ਥੋੜੀ ਉਹਨਾਂ ਨੂੰ ਖੁੱਲ੍ਹ ਕੇ ਕਰ ਦੇਣੀ ਚਾਹੀਦੀ ਸੀਗੀ ਤਾਂ ਕਿ ਚੰਗੀ ਤਰ੍ਹਾਂ ਗੱਲ ਕਲੀਅਰ ਹੋ ਜਾਂਦੀ ਕਿ ਉਹ ਕਿਨਾਂ ਦੇ ਬਾਬਤ ਗੱਲ ਕਰ ਰਹੇ ਹੈ ਆ ਕੀ ਜਿਹੜੀਆਂ ਸਮੇਂ ਦੀਆਂ ਹਕੂਮਤਾਂ ਨੇ ਉਹਨਾਂ ਵੱਲੋਂ ਕੋਈ ਮਾੜਾ ਸਮਾਂ ਆ ਰਿਹਾ ਹੈਗਾ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਵੱਖ-ਵੱਖ ਆਮ ਲੋਕ ਜਿਹੜੇ ਨੇ ਗੁੰਡਾਗਰਦੀ ਖਿਲਾਰਦੇ ਨੇ ਸਮਾਜ ਦੇ ਵਿੱਚ ਜਾਂ ਮੁਲਕ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਭਈ ਉਹਨਾਂ ਤੋਂ ਕੋਈ ਖਤਰਾ ਹੈ ਤਾਂ ਕਰਕੇ ਉਹ ਇਹ ਗੱਲ ਕਹਿ ਰਹੇ ਨੇ ਸੋ ਉਹਨਾਂ ਨੂੰ ਥੋੜੀ ਜੀ ਇਹ ਗੱਲ ਜ਼ਰੂਰ ਕਲੀਅਰ ਕਰ ਦੇਣੀ ਚਾਹੀਦੀ ਸੀ ਸਮੇਂ ਦੀਆਂ ਹਕੂਮਤਾਂ ਦੀ ਆਪਾਂ ਜਦੋਂ ਗੱਲ ਕਰਦੇ ਆਂ ਤੇ ਸਮੇਂ ਦੀਆਂ ਹਕੂਮਤਾਂ ਵੱਲੋਂ ਕਿਉਂਕਿ ਆ 6 ਜੂਨ ਦਾ ਦਿਹਾੜਾ ਅ ਜੂਨ ਦਾ ਪਹਿਲਾ ਹਫਤਾ ਜਦੋਂ ਸ਼ੁਰੂ ਹੋ ਜਾਣਾ ਹੈਗਾ ਇਸ ਹਫਤੇ ਦੇ ਵਿੱਚ ਸਿੱਖ ਕੌਮ ਚੇਤੇ ਕਰਦੀ ਹੈ ਉਹਨਾਂ ਦਿਨਾਂ ਨੂੰ 1984 ਜੂਨ 1984 ਦਾ ਪਹਿਲਾ ਹਫਤਾ ਸਿੱਖਾਂ ਦੇ ਮੁਕੱਦਸ ਸਥਾਨ ਦੇ ਉੱਪਰ ਜਦੋਂ ਟੈਂਕਾਂ ਤੇ ਤੋਪਾਂ ਦੇ ਨਾਲ ਭਾਰਤ ਦੀ ਉਸ ਵੇਲੇ ਦੀ ਹਕੂਮਤ ਦੇ ਵੱਲੋਂ ਹਮਲਾ ਕੀਤਾ ਗਿਆ ਸਗਾ ਸੋ ਇੱਕ ਹਮਲਾ ਹੁੰਦਾ ਹੈਗਾ ਇੱਕ ਉਹ ਮੁਸ਼ਕਲਾ ਇੱਕ ਉਹ ਹੁੰਦੀਆਂ ਨੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਕਿਸੇ ਕੌਮ ਦੇ ਉੱਪਰ ਤੱਕਾ ਕਰਨ ਵਾਸਤੇ ਆਪਣੀ ਪੂਰੀ ਤਿਆਰੀ ਕਰਦਿਆਂ ਨੇ ਔਰ ਉਸ ਤੋਂ ਬਾਅਦ ਫਿਰ ਉਹ ਸਾਰਾ ਕੁਝ ਕਰਦਿਆਂ ਵੀ ਨੇ ਸੋ ਜਹੇਦਾਰ ਜੀ ਜੇ ਖੁੱਲ ਕੇ ਗੱਲ ਕਰਦੇ ਭਈ ਹੁਣ ਜਿਹੜੀ ਹਕੂਮਤ ਹੈਗੀ ਆ ਕੀ ਉਹਨਾਂ ਇਸ ਹੁਣ ਦੀ ਹਕੂਮਤ ਤੋਂ ਕੋਈ ਖਤਰਾ ਲੱਗਦਾ ਹੈਗਾ ਬਾਕੀ ਜੋ ਮੌਜੂਦਾ ਹਾਲਾਤ ਹੈਗੇ ਨੇ ਤੁਸੀਂ ਵੀ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਹੈਗਾ ਕਿ ਕਿਹਨਾਂ ਤਾਕਤਾਂ ਤੋਂ ਕਿਹਨਾਂ ਲੋਕਾਂ ਤੋਂ ਇਸ ਵੇਲੇ ਸਿੱਖਾਂ ਨੂੰ ਖਤਰਾ ਹੈਗਾ ਜਿਹਦੇ ਕਰਕੇ ਉਹਨਾਂ ਨੇ ਇਹ ਗੱਲ ਕੀਤੀ ਹੈਗੀ ਆ ਕਿ ਸਿੱਖਾਂ ਨੂੰ ਵੈਸੇ ਆਪਾਂ ਜਦੋਂ ਇਤਿਹਾਸ ਪੜ੍ਹਦੇ ਆ ਨਾ ਆਪਾਂ ਗੁਰ ਇਤਿਹਾਸ ਪੜ੍ਹਦੇ ਆ ਜਦੋਂ ਤਾਂ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਹਦਾਇਤ ਕੀਤੀ ਹੋਈ ਹੈ ਕਿ ਤੁਸੀਂ ਆਪਣੇ ਕੋਲ ਵਧੀਆ ਹਥਿਆਰ ਰੱਖਣੇ ਹਨ ਮੈਂ ਧੰਨ ਗੁਰੂ ਹਰगोबिंद ਸਿੰਘ ਹਰगोबिंद ਸਾਹਿਬ ਪਾਤਸ਼ਾਹ ਜੀ ਦੀ ਗੱਲ ਕਰਨੀ ਚਾਹੂਗਾ ਢਾਡੀ ਅਬਦੁੱਲਾ ਅਤੇ ਢਾਡੀ ਨੱਥੂ ਮੱਲ ਜੀ ਨੇ ਗੁਰੂ ਹਰगोबिंद ਸਾਹਿਬ ਪਾਤਸ਼ਾਹ ਜੀ ਦੇ ਸਬੰਧ ਵਿੱਚ ਕੁਝ ਲਾਈਨਾਂ ਲਿਖੀਆਂ ਨੇ ਪਹਿਲਾਂ ਮੈਂ ਤੁਹਾਨੂੰ ਉਹ ਪੜ੍ਹ ਕੇ ਸੁਣਾਉਣੀਆ ਚਾਹੂਗਾ ਉਸ ਵੇਲੇ ਜਹਾਂਗੀਰ ਦੀ ਹਕੂਮਤ ਹੈ ਉਹਨਾਂ ਨੇ ਪਾਤਸ਼ਾਹ ਜੀ ਦੇ ਸਬੰਧ ਵਿੱਚ ਲਿਖਿਆ ਕਿ ਦੋ ਤਲਵਾਰਾਂ ਬਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇਕ ਅਜ਼ਮਤ ਦੀ ਇਕ ਰਾਜ ਦੀ ਇਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਾਂ ਗੀਰ ਜੀ ਪੱਗ ਤੇਰੀ ਕੀ ਜਹਾਂਗੀਰ ਦੀ ਪਾਸ਼ਾ ਜੀ ਪੱਗ ਤੇ ਤੁਹਾਡੀ ਹੈ ਤੁਹਾਡੀ ਪੱਗ ਦੇ ਮੁਕਾਬਲੇ ਜਹਾਂਗੀਰ ਦੀ ਕੀ ਪਾਇਆ ਹੈ ਭਾਵ ਕਿ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੀ ਇੰਨੀ ਜ਼ਿਆਦਾ ਤਾਰੀਫ ਕੀਤੀ ਕਿ ਸਮੇਂ ਦੀ ਜਿਹੜੀ ਹਕੂਮਤ ਹੈ ਨਾ ਪਾਸ਼ਾ ਜੀ ਤੁਹਾਡੇ ਸਾਹਮਣੇ ਸਮੇਂ ਦੀ ਹਕੂਮਤ ਕੀ ਜਹਾਂਗੀਰ ਕੀ ਪਲਾ ਉਹ ਤੁਹਾਡੇ ਸਾਹਮਣੇ ਕੋਈ ਰਤਬਾ ਨਹੀਂ ਰੱਖਦਾ ਹੈਗਾ ਤੁਹਾਡਾ ਰਤਬਾ ਇੱਥੇ ਹੈ ਜਹਾਂਗੀਰ ਇੱਥੇ ਹੁਣ 6ਵੇਂ ਪਾਸ਼ਾ ਜੀ ਜਦੋਂ ਆਪਾਂ ਇਤਿਹਾਸ ਨੂੰ ਫਰੋਲਦੇ ਆ ਇਤਿਹਾਸ ਨੂੰ ਪੜਦੇ ਆ ਤਾਂ ਉਹਨਾਂ ਨੇ ਇਹ ਗੱਲ ਆਖੀ ਸੀ ਉਸ ਵੇਲੇ ਵੀ ਹਾਲਾਤ ਇਦਾਂ ਦੇ ਹੀ ਸਗੇ ਆਮ ਮਜ਼ਲੂਮਾਂ ਦੇ ਉੱਪਰ ਜ਼ੁਲਮ ਹੁੰਦਾ ਸੀਗਾ ਸਿੱਖਾਂ ਦੇ ਖਿਲਾਫ ਵੀ ਤਰ੍ਹਾਂ ਤਰ੍ਹਾਂ ਦੀਆਂ ਗੁੰਦਾ ਗੁੰਦੀਆਂ ਜਾਂਦੀਆਂ ਸੀਗੀਆਂ ਸੋ ਗੁਰੂ ਸਾਹਿਬ ਜੀ ਨੇ ਸਿੱਖ ਨੌਜਵਾਨੀ ਨੂੰ ਇਹ ਗੱਲ ਆਖੀ ਸੀ ਉਦੋਂ ਵੀ ਕਿ ਅੱਜ ਮੈਨੂੰ ਜ਼ਰੂਰਤ ਹੈ ਵਧੀਆ ਹਥਿਆਰਾਂ ਦੀ ਵਧੀਆ ਘੋੜਿਆਂ ਦੀ ਵਧੀਆ ਜਵਾਨੀ ਦੀ ਜਦੋਂ ਕਿਸੇ ਨੇ ਦਰਸ਼ਨ ਮੇਲੇ ਕਰਨ ਵਾਸਤੇ ਆਉਣਾ ਤੇ ਵਧੀਆ ਘੋੜੇ ਘੋੜੇ ਦਾ ਭਾਵ ਵਧੀਆ ਸਵਾਰੀ ਵਧੀਆ ਹਥਿਆਰ ਸਮੇਂ ਦਾ ਆਪਣੇ ਕੋਲ ਵਧੀਆ ਤੋਂ ਵਧੀਆ ਰੱਖੋ ਗੁਰੂ ਸਾਹਿਬ ਜੀ ਨੇ ਇਹ ਗੱਲ ਰੱਖੀ ਸੀ ਤੰਦਰੁਸਤ ਰਹੋ ਸਿਹਤ ਬਣਾਓ ਆਪਣੇ ਆਪ ਨੂੰ ਤੁਸੀਂ ਮਜ਼ਬੂਤ ਰੱਖੋ ਤਾਂ ਕਿ ਜੇ ਕਿਤੇ ਕੋਈ ਇਦਾਂ ਦੀ ਭੀੜ ਬਣ ਆਵੇ ਤੇ ਤੁਸੀਂ ਜ਼ਾਲਿਮਾਂ ਦਾ ਟੱਕਰਾ ਕਰ ਸਕੋ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖਾਂ ਨੇ ਜਿੱਥੇ ਇਹਨਾਂ ਹਥਿਆਰਾਂ ਦੇ ਨਾਲ ਇਹਨਾਂ ਸ਼ਸਤਰਾਂ ਦੇ ਨਾਲ ਆਪਣੀ ਰੱਖਿਆ ਕੀਤੀ ਹੈ ਉੱਥੇ ਸਿੱਖਾਂ ਨੇ ਉਹਨਾਂ ਦੀ ਰੱਖਿਆ ਵੀ ਕੀਤੀ ਹੈ ਜਿਨ੍ਹਾਂ ਦੀ ਵਿਚਾਰਧਾਰਾ ਸਿੱਖਾਂ ਦੇ ਨਾਲ ਮੇਲ ਨਹੀਂ ਖਾਂਦੀ ਸਿੱਖਾਂ ਨੇ ਉਹਨਾਂ ਦੇ ਵਾਸਤੇ ਵੀ ਸ਼ਸਤਰ ਚੁੱਕਿਆ ਔਰ ਉਹਨਾਂ ਨੂੰ ਵੀ ਇਨਸਾਫ਼ ਦਿਵਾਇਆ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਸੋ ਅੱਜ ਉਹੀ ਗੱਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਆਖੀ ਆ ਪਈਆ ਗੁਰੂ ਸਾਹਿਬ ਜੀ ਦਾ ਹੁਕਮਾ ਸਿੱਖ ਦੇ ਵਾਸਤੇ ਪਈ ਸਿੱਖ ਨੇ ਸਮੇਂ ਦਾ ਵਧੀਆ ਹਥਿਆਰ ਆਪਣੇ ਕੋਲ ਰੱਖਣਾ ਹੈਗਾ ਸੋ ਗੁਰੂ ਸਾਹਿਬ ਜੀ ਨੇ ਹੁਕਮ ਜਾਰੀ ਕੀਤਾ ਤੇ ਸਿੱਖਾਂ ਨੇ ਗੁਰੂ ਮਹਾਰਾਜ ਜੀ ਦੇ ਹੁਕਮਾਂ ਦੇ ਉੱਪਰ ਫੁੱਲ ਚੜ੍ਹਦਿਆਂ ਹੋਇਆਂ ਆਪਣੇ ਕੋਲ ਵਧੀਆ ਤੇ ਵਧੀਆ ਤੋਂ ਵਧੀਆ ਹਥਿਆਰ ਗੁਰੂ ਸਾਹਿਬ ਜੀ ਦੇ ਹੁਕਮਾਂ ਦੇ ਮੁਤਾਬਕ ਸਿੱਖਾਂ ਨੇ ਆਪਣੇ ਕੋਲ ਰੱਖੇ ਸੋ ਉਹੀ ਗੱਲ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਆਖ ਦਿੱਤੀ ਹੈ ਹੁਣ ਆਪਾਂ ਥੋੜੀ ਜਿਹੀ ਮੌਜੂਦਾ ਜੋ ਜੋ ਸਮਾ ਚੱਲ ਰਿਹਾ ਹੈਗਾ ਭਾਰਤ ਦਾ ਆਪਾਂ ਉਹਦੇ ਬਾਬਤ ਗੱਲਬਾਤ ਕਰਦੇ ਹਾਂ ਜਦੋਂ ਭਾਰਤ ਮੁਲਕ ਆਜ਼ਾਦ ਹੁੰਦਾ ਹੈਗਾ ਜਦੋਂ ਅੰਗਰੇਜ਼ ਇੱਥੋਂ ਨਿਕਲਦੇ ਨੇ ਤਾਂ ਉਸ ਤੋਂ ਬਾਅਦ ਸਿੱਖਾਂ ਨੂੰ ਪਹਿਲਾਂ ਵੀ ਕਹਿੰਦਾ ਕਿਹਾ ਜਾਂਦਾ ਰਿਹਾ ਇੱਥੋਂ ਦੀਆਂ ਵੱਡੇ ਵੱਡੇ ਆਗੂਆਂ ਦੇ ਵੱਲੋਂ ਵੱਡੀਆਂ ਵੱਡੀਆਂ ਸਿਆਸੀ ਪਾਰਟੀਆਂ ਵੱਲੋਂ ਵੀ ਸਿਆਸੀ ਪਾਰਟੀਆਂ ਮੇਰੇ ਕੋਲ ਸਿੱਖ ਲਫਜ਼ ਬੋਲਿਆ ਗਿਆ ਸਿਆਸੀ ਪਾਰਟੀਆਂ ਜਿਹੜੀਆਂ ਭਾਰਤ ਦੀਆਂ ਸਿਆਸੀ ਪਾਰਟੀਆਂ ਵੱਡੇ ਵੱਡੇ ਆਗੂ ਵੱਡੇ ਵੱਡੇ ਲੀਡਰ ਸਿੱਖ ਇੱਕ ਬਹਾਦਰ ਕੌਮ ਹੈ ਜਦੋਂ ਮੁਲਕ ਆਜ਼ਾਦ ਹੋ ਜਾਊਗਾ ਤਾਂ ਸਿੱਖਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਹੈਗਾ ਸਿੱਖਾਂ ਨੂੰ ਇੱਕ ਇਦਾਂ ਦਾ ਖਿਤਾ ਦਿੱਤਾ ਜਾਊਗਾ ਜਿੱਥੇ ਸਿੱਖ ਆਜ਼ਾਦੀ ਦਾ ਨਿਗਮਣ ਸਕਣਗੇ ਪਰ ਜਦੋਂ ਮੁਲਕ ਆਜ਼ਾਦ ਹੋ ਗਿਆ ਫਿਰ ਤੂੰ ਕੌਣ ਤੇ ਮੈਂ ਕੌਣ ਬਹੁ ਸਮਾਂ ਔਰ ਤਾਂ ਅਬ ਸਮਾਂ ਬਦਲ ਚੁੱਕਾ ਹੈ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ ਇਹ ਫਤਵਾ ਦਿੱਤਾ ਗਿਆ ਇਹ ਇਨਾਮ ਦਿੱਤਾ ਗਿਆ ਸਿੱਖਾਂ ਨੂੰ ਉਸ ਤੋਂ ਬਾਅਦ ਆਪਾਂ ਸਾਰੇ ਜਾਣੇ ਜਾਣਦੇ ਹੈਗੇ ਕਿ ਕੀ ਕੁਝ ਇਸ ਮੁਲਕ ਦੇ ਵਿੱਚ ਵਾਪਰਿਆ ਫੇਕ ਅਨਕਾਊਂਟਰਾਂ ਤੋਂ ਲੈ ਕੇ ਹੋਰ ਸਾਰਾ ਕੁਝ ਜਦੋਂ ਸਿੱਖ ਕੌਮ ਨੇ ਆਪਣੇ ਵਾਜਬ ਹੱਕ ਮੰਗੇ ਤਾਂ ਉਹਦੇ ਬਦਲੇ ਸਿੱਖਾਂ ਨੂੰ ਲਾਠੀਆਂ ਉਹਦੇ ਬਦਲੇ ਸਿੱਖਾਂ ਨੂੰ ਜੇਲਾਂ ਉਹਦੇ ਬਦਲੇ ਸਿੱਖਾਂ ਨੂੰ ਗੋਲੀਆਂ ਆ ਸਾਰਾ ਕੁਝ ਮਿਲਿਆ ਹੁਣ ਸਿੱਖ ਜਦੋਂ ਇਨਸਾਫ ਦੀ ਗੱਲ ਕਰਦੇ ਆ ਤਾਂ ਉਹਦੇ ਵੱਟੇ ਵੀ ਉਹਨਾਂ ਨੂੰ ਧਰਨੇ ਲਾਉਣੇ ਪੈਂਦੇ ਆ ਮੁਜ਼ਾਰੇ ਕਰਨੇ ਪੈਂਦੇ ਆ ਵੱਡੀ ਜਦੋਂ ਜਹਦ ਵੱਡੇ ਵੱਡੇ ਸੰਘਰਸ਼ ਕਰਨੇ ਪੈਂਦੇ ਆ ਮਸਲਾ ਤਦ ਵੀ ਹੱਲ ਨਹੀਂ ਹੁੰਦਾ ਹੁਣ ਜਿਹੜੇ ਆਪਣੀਆਂ ਹੱਕੀ ਮੰਗਾਂ ਦੀ ਖਾਤਰ ਸੰਘਰਸ਼ ਕਰਦੇ ਹੋਏ ਵੱਖ-ਵੱਖ ਜੇਲ੍ਹਾਂ ਦੇ ਵਿੱਚ ਚਲੇ ਗਏ ਜਾਣਾ ਪਿਆ ਗਿਆ ਉਹਨਾਂ ਨੂੰ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਬਾਵਜੂਦ ਇਹਦੇ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਜਾ ਰਿਹਾ ਇਥੋਂ ਦੀਆਂ ਹਕੂਮਤਾਂ ਦੇ ਵੱਲੋਂ ਆਏ ਦਿਨ ਆਏ ਦਿਨ ਸਿੱਖਾਂ ਨੂੰ ਚੜਾਇਆ ਜਾਂਦਾ ਸਿੱਖਾਂ ਦੀ ਪੱਗ ਦੇ ਉੱਪਰ ਉਂਗਲ ਚੁੱਕੀ ਜਾਂਦੀ ਹੈ ਇਤਿਹਾਸ ਦੇ ਉੱਪਰ ਉਂਗਲਾਂ ਚੁੱਕੀਆਂ ਜਾਂਦੀਆਂ ਨੇ ਸਿੱਖ ਰੌ ਰੀਤਾ ਸਿੱਖ ਮਰਿਆਦਾ ਦਾ ਮਜ਼ਾਕ ਉਡਾਇਆ ਜਾਂਦਾ ਸਾਰਾ ਕੁਝ ਹੁੰਦਾ ਹੈਗਾ ਸਿੱਖ ਬੱਚੇ ਜਦੋਂ ਸਕੂਲਾਂ ਦੇ ਵਿੱਚ ਪ੍ਰੀਖਿਆ ਦੇਣ ਵਾਸਤੇ ਜਾਂਦੇ ਆ ਤੇ ਕਦੀ ਕਿਹਾ ਜਾਂਦਾ ਕਿ ਕੜਾ ਉਤਾਰ ਕੇ ਜਾਓ ਕਦੀ ਸ੍ਰੀ ਸਾਹਿਬ ਗੱਤ੍ਰੇ ਕਿਰਪਾਨ ਪਾ ਕੇ ਤੁਸੀਂ ਨਹੀਂ ਜਾ ਸਕਦੇ ਜੇ ਲਾ ਕੇ ਜਾਓਗੇ ਤਾਂ ਫਿਰ ਪੇਪਰ ਦਿੱਤਾ ਤੁਸੀਂ ਦੇ ਸਕਦੇ ਹੋ ਐਗਜ਼ਾਮ ਦੇ ਵਿੱਚ ਸੋ ਇਦਾਂ ਦਾ ਸਾਰਾ ਕੁਝ ਇੱਥੇ ਵਾਪਰਦਾ ਹੈਗਾ ਮੈਂ ਹੈਰਾਨ ਹੁੰਨਾ ਹੈ ਕਿ ਇਹ ਸਾਰਾ ਕੁਝ ਪੰਜਾਬ ਤੋਂ ਬਾਹਰ ਹੋਰ ਸੂਬਿਆਂ ਦੇ ਵਿੱਚ ਹੀ ਨਹੀਂ ਹੀ ਨਹੀਂ ਪੰਜਾਬ ਦੇ ਵਿੱਚ ਵੀ ਕਈ ਥਾਈ ਇਹ ਸਾਰਾ ਕੁਝ ਵਾਪਰਦਾ ਆ ਆਪਾਂ ਸਾਰੇ ਜਣੇ ਦੇਖਦੇ ਆ ਸਾਰਾ ਕੁਝ ਆਪਣੀ ਅੱਖਾਂ ਦੇ ਮੂਰੇ ਹੀ ਹੈਗਾ ਆ ਇੱਥੇ ਦੇ ਸਿੱਖਾਂ ਦੇ ਮਕद्दਸ ਸਥਾਨ ਤੱਕ ਨੂੰ ਵੀ ਨਹੀਂ ਬਖਸ਼ਿਆ ਗਿਆ ਉਹਨੂੰ ਵੀ ਢਹਿ ਢੇਰੀ ਕੀਤਾ ਗਿਆ ਮੈਂ 1984 ਵਿੱਚ ਤਖਤ ਅਕਾਲ ਸਾਹਿਬ ਦੇ ਉੱਪਰ ਹੋਏ ਹਮਲੇ ਦੀ ਗੱਲ ਕਰ ਰਿਹਾ ਹਾਂ ਹਰ ਇੱਕ ਵਾਰੇ ਸਿੱਖ 6 ਜੂਨ ਜਿਹੜਾ ਉਹ ਖੱਲੂ ਕਾਰਾ ਦਿਵਸ ਹੈਗਾ ਉਹ ਮਨਾਉਂਦੇ ਨੇ ਉਹਦੀ ਯਾਦ ਮਨਾਉਂਦੇ ਨੇ ਸਿੱਖਾਂ ਦੇ ਇੱਥੇ ਹਿਰਦੇ ਛਲਣੇ ਹੋਏ ਆ ਉਹਦੀ ਯਾਦ ਮਨਾਉਂਦੇ ਆ ਸਿੱਖ ਇਕੱਠੇ ਹੁੰਦੇ ਨੇ ਉੱਥੇ ਔਰ ਉਹ ਜ਼ਖਮਾਂ ਦੇ ਉੱਪਰ ਮਲਮ ਦਾ ਤਾਂ ਕਿਸੇ ਨੇ ਕੀ ਲੋਣੀ ਸੀਗੀ ਜ਼ਖਮਾਂ ਦੇ ਉੱਪਰ ਨਮਕ ਛਿੜਨ ਦਾ ਕੰਮ ਕੀਤਾ ਜਾਂਦਾ ਹੈਗਾ ਨਮਕ ਛਿੜਕਣ ਦਾ ਕੰਮ ਕੀਤਾ ਜਾਂਦਾ ਵੱਖ-ਵੱਖ ਹਿੰਦੂ ਜਿਹੜੀਆਂ ਜਥੇਬੰਦੀਆਂ ਆਪਣੇ ਆਪ ਨੂੰ ਹਿੰਦੂਆਂ ਦੇ ਆਗੂ ਆਖਵਾਉਂਦੇ ਆ ਭਾਵੇਂ ਕਿ ਉਹ ਇੱਕ ਅੱਡ ਗੱਲ ਹੈਗੀ ਆ ਕਿ ਹਿੰਦੂ ਕਮਿਊਨਿਟੀ ਉਹਨਾਂ ਨੂੰ ਆਪਣੇ ਆਗੂ ਮੰਨਦੀ ਆ ਜਾਂ ਨਹੀਂ ਪਰ ਉਹ ਦਾਵਾ ਕਰਦੇ ਆ ਕਿ ਅਸੀਂ ਹਿੰਦੂਆਂ ਦੇ ਵੱਡੇ ਆਗੂ ਹੈਗੇ ਆ ਸ਼ਿਵ ਸੈਨਾ ਦੇ ਆਗੂ ਹੋ ਗਏ ਉਹਨਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਉਹਨਾਂ ਵੱਲੋਂ ਸਿੱਖਾਂ ਨੂੰ ਚੜਾਇਆ ਜਾਂਦਾ ਕਿ ਅਸੀਂ 6 ਜੂਨ ਵਾਲੇ ਦਿਨ ਅਤਵਾਦ ਸਫਾਇਆ ਦਿਵਸ ਮਨਾਵਾਂਗੇ ਤਿਰੰਗਾ ਯਾਤਰਾ ਕੱਢਾਂਗੇ ਸੋ ਇਸ ਕਿਸਮ ਦਾ ਸਾਰਾ ਕੁਝ ਹੁੰਦਾ ਹੈਗਾ ਆਪਾਂ ਸਾਰੇ ਜਣੇ ਵੇਖਦੇ ਹੈਗੇ ਕਿ ਸਾਰਾ ਕੁਝ ਵਾਪਰਦਾ ਹੈਗਾ ਹੁਣ ਜਿਹੜੇ ਉਹ ਲੋਕ ਨੇ ਸਿੱਖਾਂ ਨੂੰ ਚੜਾਉਣ ਵਾਲੇ ਉਹਨਾਂ ਨੂੰ ਲਾਇਸੈਂਸੀ ਹਥਿਆਰ ਤਾਂ ਦੂਰ ਦੀ ਗੱਲ ਉਹਨਾਂ ਨੂੰ ਸਮੇਂ ਦੀ ਹਕੂਮਤ ਨੇ ਗਨਮੈਨ ਵੀ ਮੁਹੱਈਆ ਕਰਵਾਏ ਹੋਏ ਨੇ ਵੀ ਤੁਸੀਂ ਆਪਣੇ ਕੋਲ ਗਨਮੈਨ ਰੱਖੋ ਤੇ ਸਿੱਖਾਂ ਨੂੰ ਜਾਂ ਹੋਰ ਘਟਗਣਤੀ ਕੌਮਾਂ ਨੂੰ ਤੁਸੀਂ ਚੜਾਓ ਸੋ ਉਹ ਗਨਮੈਨ ਜਿਹੜੇ ਉਹਨਾਂ ਨੂੰ ਮਿਲੇ ਹੋਏ ਨੇ ਉਹਨਾਂ ਦੀ ਛਤਰਛਾਇਆ ਦੇ ਹੇਠ ਸਿਕਿਉਰਟੀਆਂ ਦੀਆਂ ਛਤਰ ਛਾਇਆ ਦੇ ਹੇਠ ਉਹ ਲੋਕ ਸਿੱਖਾਂ ਨੂੰ ਚੜਾਉਂਦੇ ਆ ਸੋ ਗੁਰਮਤ ਦਾ ਜੋ ਵਿਧਾਨ ਹੈਗਾ ਜੋ ਸਿਧਾਂਤ ਹੈਗਾ ਗੁਰੂ ਸਾਹਿਬ ਜੀ ਨੇ ਜਿਹੜੀ ਚੀਜ਼ ਸਿੱਖ ਨੂੰ ਬਖਸ਼ੀ ਹੈ ਉਹੀ ਗੱਲ ਅੱਜ ਦੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਰ ਦਿੱਤੀ ਹੈ ਕਿ ਸਿੱਖਾਂ ਨੂੰ ਵਧੀਆ ਹਥਿਆਰ ਉਹ ਵੀ ਉਹਨਾਂ ਨੇ ਕੋਈ ਇਹ ਥੋੜੀ ਕਿਹਾ ਕਿ ਐਦਾਂ ਹੀ ਬਸ ਗੈਰ ਕਾਨੂੰਨੀ ਰੱਖ ਲਓ ਉਹਨਾਂ ਨੇ ਕਾਨੂੰਨੀ ਗੱਲ ਕੀਤੀ ਹੈ ਵੈਸੇ ਮੈਂ ਬੇਨਤੀ ਕਰਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਜਹਾਂਗੀਰ ਦੇ ਕੋਲੋਂ ਸਿੱਖਾਂ ਨੂੰ ਇਹ ਨਹੀਂ ਸੀ ਕਿ ਆ ਕੇ ਤੁਸੀਂ ਜਹਾਗੀਰ ਦੇ ਕੋਲੋਂ ਲਾਇਸੈਂਸ ਲੈ ਲਓ ਮਨਜ਼ੂਰੀ ਲੈ ਕੇ ਤੇ ਫਿਰ ਆਪਣੇ ਕੋਲ ਹਥਿਆਰ ਰੱਖੋ ਐਦਾ ਨਹੀਂ ਸੀ ਉਹਨਾਂ ਨੇ ਆਖਿਆ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਕਿਹਾ ਕਿ ਤੂੰ ਆਪਣੇ ਕੋਲ ਹਥਿਆਰ ਰੱਖਣਾ ਵੇ ਗੁਰੂ ਸਿੱਖਾ ਵਧੀਆ ਤੋਂ ਵਧੀਆ ਐਦਾਂ ਹੀ ਆਖਿਆ ਸੀ ਗੁਰੂ ਸਾਹਿਬ ਜੀ ਨੇ ਔਰ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਹੋਰ ਆਨੇ ਤਾਂ ਇਹ ਗੱਲ ਆਖੀ ਹੈ ਪਈ ਅਸੀਂ ਹੁਣ ਬਈ ਇਦਾਂ ਦੇ ਮੁਲਕ ਦੇ ਵਿੱਚ ਰਹਿੰਦੇ ਆ ਡੈਮੋਕ੍ਰੇਸੀ ਐ ਇੱਕ ਸਿਸਟਮ ਹੈਗਾ ਚਲੋ ਜੋ ਵੀ ਹੈਗਾ ਉਹਨਾਂ ਨੇ ਤਾਂ ਉਸ ਪੱਧਰ ਦੀ ਗੱਲ ਨਾ ਕਰਕੇ ਇਹ ਗੱਲ ਕੀਤੀ ਆ ਕਿ ਕਾਨੂੰਨ ਦੇ ਦਾਰੇ ਵਿੱਚ ਰਹਿ ਕੇ ਤੁਸੀਂ ਲਾਇਸੈਂਸ ਲਓ ਲਾਇਸੈਂਸੀ ਹਥਿਆਰ ਲਓ ਤੁਸੀਂ ਉਹਨਾਂ ਨੇ ਇਹ ਗੱਲ ਕੀਤੀ ਆ ਪਰ ਇਹਦੇ ਤੇ ਵੀ ਹੰਗਾਮਾ ਖੜਾ ਹੋ ਗਿਆ ਹੈਗਾ ਇਸ ਸਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਟਵੀਟ ਕੀਤਾ ਹੈਗਾ ਉਹ ਮੈਂ ਤੁਹਾਨੂੰ ਦੱਸ ਦੇਣਾ ਤੁਹਾਡੀ ਸਕਰੀਨ ਤੇ ਆ ਰਿਹਾ ਜੀ ਤੁਸੀਂ ਪੜ ਸਕਦੇ ਹੋ ਭਗਵੰਤ ਮਾਨ ਹੁਣਾ ਦਾ ਟਵੀਟ ਉਹਨਾਂ ਦਾ ਕਹਿਣਾ ਮਾਨਯੋਗ ਜਥੇਦਾਰ શ્રી ਅਕਾਲ ਤਖਤ ਸਾਹਿਬ ਜੀ ਤੁਹਾਡਾ ਹਥਿਆਰਾਂ ਵਾਲਾ ਬਿਆਨ ਸੁਣਿਆ ਜਥੇਦਾਰ ਸਾਹਿਬ ਜੀ ਤੁਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਨੂੰ ਘਰ-ਘਰ ਪਹੁੰਚਾਉਣ ਦਾ ਸੰਦੇਸ਼ ਦਿਓ ਨਾ ਕਿ ਹਥਿਆਰ ਰੱਖਣ ਦਾ ਜਥੇਦਾਰ ਸਾਹਿਬ ਆਪਾਂ ਪੰਜਾਬ ਵਿੱਚ ਸ਼ਾਂਤੀ ਭਾਈਚਾਰੇ ਅਤੇ ਮਾਡਰਨ ਤਰੱਕੀ ਦੇ ਸੁਨੇਹੇ ਦੇਣੇ ਨੇ ਨਾ ਕਿ ਮਾਡਰਨ ਹਥਿਆਰਾਂ ਦੇ ਇਹ ਹੈ ਭਗਵੰਤ ਮਾਨ ਹੁਣਾਂ ਦਾ ਟਵੀਟ ਜੋ ਉਹਨਾਂ ਨੇ ਉਸ ਤੋਂ ਬਾਅਦ ਕੀਤਾ ਹੈਗਾ ਭਗਵੰਤ ਮਾਨ ਤੋਂ ਇਲਾਵਾ ਰਾਜਾ ਵੜਿੰਗ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨੇ ਵੀ ਟਵੀਟ ਕੀਤਾ ਹੈਗਾ ਅੰਗਰੇਜ਼ੀ ਦੇ ਵਿੱਚ ਆ ਮੈਂ ਤੁਹਾਨੂੰ ਉਹ ਵੀ ਪੜ੍ਹ ਕੇ ਸੁਣਾ ਦਿੰਨਾ ਪੰਜਾਬੀ ਦੇ ਵਿੱਚ ਉਹਨਾਂ ਦਾ ਕੀ ਕਹਿਣਾ ਹੈਗਾ ਰਾਜਾ ਵੜਿੰਗ ਹੋਰਾਂ ਦਾ ਅਕਾਲ ਤਖਤ ਦੇ ਜਥੇਦਾਰ ਦੱਸਣ ਕਿ ਕਿਉਂ ਸਿੱਖ ਨੌਜਵਾਨਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਲੋੜ ਹੈ ਸਿੱਖ ਭਾਈਚਾਰੇ ਦੇ ਸਭ ਤੋਂ ਅਹਿਮ ਅਹੁਦੇ ਤੇ ਬੈਠ ਕੇ ਉਹਨਾਂ ਦਾ ਅਜਿਹਾ ਬਿਆਨ ਭਾਈਚਾਰੇ ਲਈ ਖਤਰਨਾਕ ਹੈ ਇਹ ਗੱਲ ਰਾਜਾ ਵੜਿੰਗ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਪਾਰਟੀ ਵਾਲੇ ਹੈਗੇ ਨੇ ਉਹਨਾਂ ਦਾ ਕਹਿਣਾ ਹੈਗਾ ਇਦਾਂ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਜ਼ਿਆਦਾ ਚਰਚਾ ਹੋ ਰਹੀ ਹੈ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਸਿੱਖ ਵਿਦਵਾਨ ਸਿੱਖ ਬੁੱਧੀਜੀਵੀ ਉਹ ਵੀ ਆਪ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਰਹੇ ਨੇ ਮੈਂ ਤੁਹਾਨੂੰ ਦੋ ਤਿੰਨ ਜਿਹੜੇ ਫੇਸਬੁੱਕ ਯੂਜ਼ਰ ਹੈਗੇ ਨੇ ਕੌਮ ਦੇ ਆਗੂ ਹੈਗੇ ਨੇ ਉਹਨਾਂ ਦੇ ਕੀ ਵਿਚਾਰ ਹੈਗੇ ਨੇ ਇਸ ਸੰਬੰਧ ਵਿੱਚ ਉਹ ਵੀ ਤੁਹਾਨੂੰ ਮੈਂ ਜਰੂਰ ਦੱਸਣੇ ਜਾਊਂਗਾ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਇਸ ਟਵੀਟ ਤੋਂ ਬਾਅਦ ਸਿੱਖ ਕੌਮ ਦੇ ਆਗੂ ਹੈਗੇ ਨੇ ਪ੍ਰਚਾਰਕ ਹੈਗੇ ਨੇ ਪਰਮਪਾਲ ਸਿੰਘ ਉਹਨਾਂ ਨੇ ਵੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈਗਾ ਉਹਨਾਂ ਨੇ ਫੇਸਬੁੱਕ ਦੇ ਉੱਪਰ ਲਿਖਿਆ ਹੈਗਾ ਕਿ ਮੁੱਖ ਮੰਤਰੀ ਜੀ ਦਿਓ ਜਵਾਬ ਭਗਵੰਤ ਮਾਨ ਜੀ ਤੁਸੀਂ ਦਿੱਲੀ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਨੂੰ ਮਿਲੇ ਤੁਹਾਨੂੰ ਉਹਨਾਂ ਪਾਸੋਂ 20 ਆਧੁਨਿਕ ਤੇ ਸਸਤੀ ਵਿੱਦਿਆ ਦੇਣ ਵਾਲੀਆਂ ਯੂਨੀਵਰਸਟੀਆਂ ਮੰਗਣੀਆਂ ਚਾਹੀਦੀਆਂ ਸਨ ਪਰ ਤੁਸੀਂ 20 ਹਥਿਆਰਬੰਦ ਫੋਰਸਾਂ ਦੀਆਂ ਕੰਪਨੀਆਂ ਮੰਗ ਲਈਆਂ ਮਤਲਬ ਪੰਜਾਬ ਦੀ ਲਾ ਐਂਡ ਆਰਡਰ ਸਥਿਤੀ ਬੁਰੀ ਹੈ ਅਜਿਹੇ ਵਿੱਚ ਪੰਜਾਬ ਵਾਸੀਆਂ ਨੂੰ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਆਪ ਹੀ ਨਿਭਾਉਣੀ ਪਵੇਗੀ ਇਹ ਕਹਿਣਾ ਹੈ ਪਰਮਪਾਲ ਸਿੰਘ ਹੁਰਾਂ ਦਾ ਸੋਹਣ ਤੋਂ ਇਲਾਵਾ ਅਕਾਲ ਜੂਤ ਜਥੇਬੰਦੀ ਜਿਹੜੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨਜ਼ਰਬੰਦ ਤਿਹਾੜ ਜੇਲ੍ਹ ਦਿੱਲੀ ਉਹਨਾਂ ਦੀ ਅਗਵਾਈ ਦੇ ਵਿੱਚ ਬਣੀ ਹੋਈ ਹੈ ਅਕਾਲ ਜੂਤ ਜਥੇਬੰਦੀ ਦੇ ਮੁਖ ਸੇਵਾਦਾਰ ਸਰਦਾਰ ਜਸਵਿੰਦਰ ਸਿੰਘ ਰਾਜਪੂਰਾ ਹੁਰਾਂ ਨੇ ਵੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈਗਾ ਫੇਸਬੁੱਕ ਦੇ ਉੱਪਰ ਉਹਨਾਂ ਨੇ ਪੋਸਟ ਲਿਖ ਕੇ ਸਾਂਝੀ ਕੀਤੀ ਹੈ ਉਹ ਵੀ ਮੈਂ ਤੁਹਾਨੂੰ ਜ਼ਰੂਰ ਹੂਬੂ ਹੂ ਪੜ੍ਹ ਕੇ ਸੁਣਾਉਣੀ ਚਾਹੂੰਗਾ ਸੋ ਜਸਵਿੰਦਰ ਸਿੰਘ ਰਾਜਪੂਰਾ ਹੁਰਾਂ ਨੇ ਲਿਖਿਆ ਹੈ ਕਿ ਭਗਵੰਤ ਮਾਨ ਜੀ ਇਹ ਜਥੇਦਾਰ ਦਾ ਬਿਆਨ ਹੋ ਸਕਦਾ ਪਰ ਹੁਕਮ ਗੁਰੂ ਹਰगोबिंद ਸਾਹਿਬ ਜੀ ਦਾ ਹੀ ਹੈ ਤੁਹਾਨੂੰ ਸਾਡੇ ਗੁਰੂ ਸਾਹਿਬਾਨ ਦੇ ਹੁਕਮਾਂ ਤੇ ਸਵਾਲ ਚੁੱਕਣ ਦਾ ਕੋਈ ਹੱਕ ਨਹੀਂ ਇਸ ਮੁਲਕ ਨੂੰ ਮੁਗਲਾਂ ਤੋਂ ਅਤੇ ਅੰਗਰੇਜ਼ਾਂ ਤੋਂ ਆਜ਼ਾਦੀ ਹਥਿਆਰਾਂ ਨਾਲ ਹੀ ਮਿਲੀ ਸੀ ਤੁਹਾਡਾ ਵਸ ਚੱਲੇ ਤਾਂ ਤੁਸੀਂ ਸਾਡਾ ਸਾਰਾ ਇਤਿਹਾਸ ਬਦਲ ਕੇ ਰੱਖ ਦਿਓ ਤੇ ਸਾਡੀ ਖੰਡੇ ਬਾਟੇ ਦੀ ਪਹਲ ਲੈਣ ਵੇਲੇ ਪਾਈ ਜਾਂਦੀ ਕਿਰਪਾਨ ਤੇ ਵੀ ਪਾਬੰਦੀ ਲਾ ਦਿਓ ਜਦੋਂ ਹਰਦੁਆਰ ਵਿਖੇ ਹਿੰਦੂਆ ਵੱਲੋਂ ਹਥਿਆਰ ਰੱਖਣ ਦੀ ਗੱਲ ਕੀਤੀ ਸੀ ਉਦੋਂ ਤੁਸੀਂ ਕਿਉਂ ਚੁੱਪ ਸੀ ਸਾਡੇ ਗੁਰੂ ਦਾ ਹੁਕਮ ਹੈ ਸ਼ਸਤਰਨ ਕੇ ਅਧੀਨ ਹੈ ਰਾਜ ਜੋ ਨਾ ਧਰੈ ਤਿਸ ਬਿਗਰੈ ਕਾਜ ਜਾਂ ਤੇ ਸਰਬ ਖਾਲਸਾ ਸੁਨਿਐ ਹੈ ਅਯੁੱਧ ਸਰਵੇ ਉੱਤਮ ਗੁਨਿਐ ਹੈ ਜਬ ਹਮਰੇ ਦਰਸ਼ਨ ਕੋ ਆਵੋਂ ਬਨ ਸੁਚੇਤ ਤਨ ਸ਼ਸਤਰ ਸਜਾਵੋ ਕਮਰ ਕਸਾ ਕਰ ਦੇਹ ਦਿਖਾਈ ਹਮਰੀ ਖੁਸ਼ੀ ਹੋਏ ਅਦਿਕਾਈ ਪੁਨੰਗ ਸੰਸਾਰੇ ਪ੍ਰਭ ਜੀ ਸੁਨਾਈ ਬਿਨਾ ਤੇਗ ਤੀਰੋ ਰਹਣਾ ਭਾਈ ਬਿਨਾ ਸ਼ਸਤਰ ਕੇ ਸੰਗ ਨਰੰਗ ਭੇੜ ਜਾਨੋ ਗਹਿ ਕਾਨ ਤਾਂ ਕੇ ਕਿਤੇ ਲੈ ਸਿਧਾਨੂ ਇਹੋ ਮੋਰ ਆਗਿਆ ਸੁਨੋ ਹੋ ਪਿਆਰੇ ਬਿਨਾ ਕੇਸ ਤੇਗੰ ਦਿਉ ਨਾ ਦਿਦਾਰੇ ਇਹ ਮੋਰ ਬੈਨਾ ਮਨੇਗਾ ਜੋ ਸੋਈ ਤਿਸੈ ਏਛ ਪੂਰੀ ਸਵੇ ਜਾਨ ਸੋਈ ਸੋ ਬਿਨਾ ਹਥਿਆਰਾ ਤੋਤਾ ਸਾਡਾ ਗੁਰੂ ਸਾਨੂੰ ਮੱਥੇ ਨਹੀਂ ਲਾਉਂਦਾ ਸਿੱਖ ਸਰਕਾਰਾਂ ਤੋਂ ਤਾਂ ਮੁਨਕਰ ਹੋ ਸਕਦੇ ਹਨ ਪਰ ਆਪਣੇ ਗੁਰੂ ਤੋਂ ਮੁਨਕਰ ਨਹੀਂ ਹੋ ਸਕਦੇ ਭਾਵੇਂ 1919 ਦਾ ਤੁਸੀਂ ਅੰਗਰੇਜ਼ਾਂ ਦੇ ਰਾਜ ਬਾਰੇ ਪੜ੍ਹ ਸਕਦੇ ਹੋ ਕਿ ਹਥਿਆਰ ਤੇ ਸਿੱਖਾਂ ਨੇ ਉਦੋਂ ਵੀ ਨਹੀਂ ਛੁੱਟੇ ਨਾਲੇ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਤੁਹਾਡੀ ਸਰਕਾਰ ਨੂੰ ਕੋਈ ਹੱਕ ਨਹੀਂ ਦਖਲਅੰਦਾਜ਼ੀ ਕਰਨ ਦਾ ਸਿੱਖਾਂ ਨੇ ਕੀ ਰੱਖਣਾ ਕੀ ਨਹੀਂ ਇਹ ਫੈਸਲਾ ਸਿੱਖ ਮੁਰੜ ਤੋਂ ਹੀ ਕਰਦੇ ਆਏ ਹਨ ਇਹ ਅਕਾਲ ਜੂਤ ਜਥੇਬੰਦੀ ਦੇ ਮੁਖ ਸੇਵਾਦਾਰ ਸਰਦਾਰ ਜਸਵਿੰਦਰ ਸਿੰਘ ਰਾਜਪੁਰਾ ਹੋਰਾਂ ਦਾ ਕਹਿਣਾ ਹੈ ਮੈਂ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਹੋ ਤੁਸੀਂ ਸਾਰੇ ਜਾਣੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰਿਓ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਨੇ ਜਿਹੜੀ ਅੱਜ ਇਹ ਗੱਲ ਕੀਤੀ ਹੈ ਔਰ ਉਸ ਤੋਂ ਬਾਅਦ ਜਿਹੜੀ ਇਹ ਚਰਚਾ ਚੱਲੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਨੇ ਜੋ ਟਵੀਟ ਕੀਤਾ ਹੈਗਾ ਇਤਰਾਜ਼ ਜ਼ਾਹਰ ਕੀਤਾ ਹੈਗਾ ਇੱਕ ਤਰ੍ਹਾਂ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਨ ਦੇ ਇਸ ਬਿਆਨ ਦੇ ਉੱਪਰ ਤੁਹਾਡੀ ਕੀ ਰਾਏ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਕ ਗੱਲ ਦੂਜੀ ਗੱਲ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰਿਓ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਰਾਨ ਨੇ ਕਿ ਇਸ਼ਾਰਾ ਦਿੱਤਾ ਹੈਗਾ ਕਿ ਸਮਾਂ ਮਾਰਾ ਆਉਣ ਵਾਲਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੋ ਜਿਹਾ ਸਮਾਂ ਆਉਣ ਵਾਲਾ ਹੈ ਜ਼ਰੂਰ ਕਮੈਂਟ ਕਰਕੇ ਆਪਣੀ رائے ਦਿਓ ਬਹੁਤ ਬਹੁਤ ਧੰਨਵਾਦ